वाहिगुरु जी का खालसा, वाहिगुरु जी की फतेह। नमस्ते, अस्सलाम वालेकुम, ग्रीटिंग्स ऑफ द डे। अज दी सवेर दी जिहड़ी इह हैगी आ आफ्टरनून टाइम, तुहानूं इह वीडियो जिहड़ी आ देखण नूं मिलेगी। तां इह वीडियो जिहड़ी है इह उहनां लई आ जिहड़े विद्यार्थी बहुत ही ज़्यादा वेट कर रहे ने अपने एग्जाम्स दा। ते इह CBSE बोर्ड एग्जाम्स 2021 बारे हैगे आ। CBSE बोर्ड ने इह ਉਹ ਕੀਤਾ, ਬਿਆਨ ਦਿੱਤਾ ਹੈ ਕਿ ਮਾਰਚ ਦੇ ਵਿੱਚ ਸਾਡੇ ਪੇਪਰ ਜਿਹੜੇ ਆ ਉਹ ਨਹੀਂ ਹੋਣਗੇ, ਕਿਉਂਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਕਾਫੀ ਫੋਨ ਆ ਰਹੇ ਸੀ ਮੈਨੂੰ। ਮੇਰੇ ਜਿਹੜੀ ਅਸੀਂ ਟਿਊਸ਼ਨ ਸੈਂਟਰ ਚਲਾਉਂਦੇ ਹਾਂ, ਅਕੈਡਮੀ ਚਲਾਉਂਦੇ ਹਾਂ, ਉਹਦੇ ਵਿੱਚ ਆ ਰਿਹਾ ਸੀਗਾ, ਅਤੇ ਬਾਪੂ ਜੀ ਹੋਰਾਂ ਨੂੰ ਵੀ ਕਾਫੀ ਫੋਨ ਆਏ ਸੀਗੇ। ਉਹ ਪੁੱਛ ਰਹੇ ਸੀ, ਪੇਰੈਂਟਸ ਵੀ ਪੁੱਛ ਰਹੇ ਸੀ ਵਾਰ ਵਾਰ, ਔਰ ਫੇਸਬੁੱਕ 'ਤੇ ਕਾਫੀ ਮੈਸੇਜਸ ਜਿਹੜੇ ਨੇ ਉਹ ਆਏ ਨੇ। ਜੇ ਹਾਲੇ ਤੱਕ ਤੁਸੀਂ ਫੇਸਬੁੱਕ ਪੇਜ ਲਾਈਕ ਨਹੀਂ ਕੀਤਾ ਤਾਂ ਉਹਨੂੰ ਲਾਈਕ ਕਰ ਲਓ, ਉਹਦੇ ਉੱਤੇ ਵਟਸਐਪ ਬਟਨ ਆ, ਉਹਦੇ ਥਰੂ ਤੁਸੀਂ ਵਟਸਐਪ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੁੰਦੇ ਹੋ। ਤਾਂ ਇਹ ਜਿਹੜੀ ਖਬਰ ਹੈ ਆਪਾਂ ਦੇਖੀਏ, CBSE ਨੇ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਮੀਡੀਆ ਸਾਡਾ ਰਿਪੋਰਟ ਦੇ ਰਹੇ ਨੇ, ਰਿਫਿਊਜ਼ਿੰਗ ਮੀਡੀਆ ਰਿਪੋਰਟਸ ਦੈਟ ਕਲੇਮ ਦੈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਿਲ ਬੀ ਕੰਡਕਟਿੰਗ The board examinations for 10th and 12th in March, the board clarified that it will not conduct the exams anytime around that March. The board will release the date sheet of consultation with the stakeholders. This comes after students raised queries regarding same while interacting live with the Union Minister Ramesh Pokhriyal on December 10. ਤਾਂ 10 ਦਸੰਬਰ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ, ਔਨਲਾਈਨ ਮੀਟਿੰਗ ਹੋਈ ਸੀਗੀ, ਉਹਦੇ ਰਾਹੀਂ ਉਹਨਾਂ ਨੇ ਇਹ ਕਲੈਰੀਫਾਈ ਕੀਤਾ ਆ ਵੀ ਇਹ ਨਹੀਂ ਹੋਊਗਾ। ਅਤੇ ਹੁਣ ਉਹ ਤੋਂ ਬਾਅਦ ਜਿਹੜੀ ਮੇਨ ਦੇਖਣ ਵਾਲੀ ਚੀਜ਼ ਇਹ ਆ ਕਿ ਬੱਚੇ ਅੱਜ ਦੇ ਜਿਹੜੇ ਨੇ ਉਹ ਇਸ ਜਗ੍ਹਾ ਤੱਕ, ਇਸ ਲੈਵਲ ਤੱਕ ਸੋਚਦੇ ਨੇ ਕਿ ਉਹਨਾਂ ਨੇ ਯੂਨੀਅਨ ਮਿਨਿਸਟਰ ਜਿਹੜੇ ਨੇ ਆਪਣੇ, ਐਜੂਕੇਸ਼ਨ ਮਿਨਿਸਟਰ ਕਹਿ ਲਓ, ਉਹਨਾਂ ਦੇ ਨਾਲ ਉਹਨਾਂ ਨੇ ਲਾਈਵ ਗੱਲ ਵੀ ਕਰ ਲਈ। ਜੇ ਤੁਸੀਂ ਲਾਈਵ ਗੱਲ ਨਹੀਂ ਕਰ ਸਕਦੇ ਤਾਂ ਐਟਲੀਸਟ ਤੁਸੀਂ ਮੇਲਸ ਪਾ ਕੇ, ਵਾਰ ਵਾਰ ਮੇਲਸ ਪਾ ਕੇ ਤੁਸੀਂ ਪੁੱਛ ਤਾਂ ਸਕਦੇ ਹੀ ਹੋ ਉਹਨਾਂ ਨੂੰ। ਅਤੇ ਦੂਜੀ ਗੱਲ ਜਿਹੜੀ ਆਪਾਂ ਇੱਕ ਹੋਰ ਗੱਲ ਜਿਹੜੀ ਆਪਾਂ ਦੇਖਣੀ ਆ ਉਹ ਇਹ ਆ ਕਿ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਜਿਹੜੇ ਆ ਉਹ ਸਕੂਲ ਦੇ ਵਿੱਚ ਹੀ ਹੋਣਗੇ। ਟੈਂਟੇਟਿਵ ਸ਼ਡਿਊਲ ਉਹਨਾਂ ਨੇ ਬਣਾਇਆ ਵੀ ਪ੍ਰੈਕਟੀਕਲ ਐਗਜ਼ਾਮ ਜਿਹੜੇ ਉਹ ਸਕੂਲ ਦੇ ਵਿੱਚ ਹੀ ਹੋਣਗੇ। ਅਤੇ ਇਹਦੇ ਕਰਕੇ ਬੱਚਿਆਂ ਨੂੰ ਜਿਹੜਾ ਉਹ ਜ਼ਿਆਦਾ ਭੁਲੇਖਾ, ਭਰਮ ਭੁਲੇਖਾ ਪੈ ਗਿਆ ਸੀ, ਪਰ ਹੁਣ ਜਿਹੜਾ ਆ ਉਹ ਉਹਨਾਂ ਨੇ ਕਰਤਾ ਕਲੀਅਰ ਕਿ ਜਿਹੜੇ ਇਗਜ਼ਾਮ ਨੇ ਉਹ ਔਫਲਾਈਨ ਹੀ ਹੋਣਗੇ ਔਰ ਰਿਟਨ ਮੋਡ ਦੇ ਵਿੱਚ ਹੋਣਗੇ। ਔਫਲਾਈਨ ਰਿਟਨ ਮੋਡ ਹੁੰਦਾ ਬਲੈਂਡਡ ਮੋਡ, ਜਿਵੇਂ ਯੂਨੀਵਰਸਿਟੀਜ਼ ਵਿੱਚ ਚੱਲਦਾ, ਤੁਹਾਨੂੰ ਕੁਐਸਚਨ ਪੇਪਰ ਜਿਹੜੇ ਨੇ ਉਹ ਔਨਲਾਈਨ ਮੁਹੱਈਆ ਕਰਵਾ ਦਿੱਤੇ ਜਾਣਗੇ। ਉਸ ਤੋਂ ਬਾਅਦ ਤੁਸੀਂ ਪੇਪਰ ਡਾਊਨਲੋਡ ਕਰ, ਕੁਐਸਚਨ ਪੇਪਰ ਡਾਊਨਲੋਡ ਕਰਕੇ ਆਨਸਰ ਲਿਖ ਕੇ ਭੇਜ ਦੇਣਾ ਆ। ਉਮੀਦ ਕਰਦਾ ਜਿਹੜੇ ਬੋਰਡ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਪਸੰਦ ਆਈ ਹੋਊਗੀ। ਇਨਫੋਰਮੇਸ਼ਨ ਅੱਗੇ ਸ਼ੇਅਰ ਕਰੋ, ਵਟਸਐਪ ਰਾਹੀਂ ਸ਼ੇਅਰ ਕਰੋ। ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।